ਜ਼ਿਲ੍ਹਾ ਮੋਗਾ ਦੇ ਹਲਕਾ ਬਾਗਾ ਪੁਰਾਣਾ ਦੇ ਅਧੀਨ ਪੈਂਦੇ ਪਿੰਡ ਮਾਲਾ ਕਲਾਂ ਦੇ ਰਹਿਣ ਵਾਲੇ ਸੁਖਚੈਨ ਸਿੰਘ ਚੈਨਾ, ਜਿਹੜਾ ਕਰੀਬ 15 ਮਹੀਨੇ ਪਹਿਲਾਂ ਹੀ ਮਨੀਲਾ ਗਿਆ ਸੀ, ਉੱਥੇ ਬੀਤੇ ਦਿਨ ਹੀ ਉਸਦੇ ਰਿਸ਼ਤੇਦਾਰੀ ਵਿੱਚੋਂ ਹੀ ਸੁਖਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਿੰਡ ਮਾਲਾ ਕਲਾਂ ਵਿਖੇ ਮ੍ਰਿਤਕ ਦੀ ਭੈਣ ਗਗਨਦੀਪ ਕੌਰ ਨੇ ਦੱਸਿਆ ਕਿ ਸੁਖਚੈਨ ਸਿੰਘ 1.5 ਸਾਲ ਪਹਿਲਾਂ ਹੀ ਮਨੀਲਾ ਗਿਆ ਸੀ ਅਤੇ ਉੱਥੇ ਆਪਣੇ ਮਾਮੇ ਦੇ ਕੋਲ ਰਹਿੰਦਾ ਸੀ। ਉੱਥੇ ਸੁਖਚੈਨ ਦੇ ਜੀਜੇ ਦੇ ਚਾਚੇ ਦਾ ਮੁੰਡਾ ਵੀ ਨਾਲ ਰਹਿੰਦਾ ਸੀ। ਬੀਤੇ ਦਿਨੀ ਰਾਤ 10 ਵਜੇ ਸੁਖਪ੍ਰੀਤ ਅਤੇ ਸੁਖਚੈਨ ਦੋਨੋਂ ਘਰੋਂ ਮੋਟਰਸਾਈਕਲ 'ਤੇ ਗਏ ਅਤੇ ਰਾਹ ਵਿੱਚ ਸੁਖਪ੍ਰੀਤ ਨੇ ਸੁਖਚੈਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਘਰ ਵਾਪਸ ਆ ਗਿਆ। ਘਰ ਵਾਪਸ ਆਉਣ 'ਤੇ ਮਾਮੇ ਨੇ ਸੁਖਚੈਨ ਬਾਰੇ ਪੁੱਛਿਆ ਤਾਂ ਸੁਖਪ੍ਰੀਤ ਨੇ ਕਿਹਾ ਕਿ ਉਹ ਕਿਸੇ ਕੁੜੀ ਕੋਲ ਗਿਆ ਅਤੇ ਸਵੇਰੇ ਵਾਪਸ ਆ ਜਾਵੇਗਾ, ਪਰ ਸਵੇਰੇ ਸਾਰਾ ਸੱਚ ਸਾਹਮਣੇ ਆ ਗਿਆ। ਹਾਂਜੀ, ਵੀਰਵਾਰ ਦਾ ਰਾਤ ਨੂੰ 10:30 ਵਜੇ ਸੁਖਚੈਨ ਸਿੰਘ ਨੂੰ ਸੁਖਪ੍ਰੀਤ ਸਿੰਘ ਘਰੋਂ ਲੈ ਕੇ ਗਿਆ ਸੀਗਾ ਅਤੇ ਉਹ ਜਦੋਂ ਵਾਪਸ ਸੁਖਪ੍ਰੀਤ ਸਿੰਘ ਇਕੱਲਾ ਵਾਪਸ ਵਰਤਿਆ ਤਾਂ ਮਾਮਾ ਜੀ ਨੇ ਉਹਨੂੰ ਪੁੱਛਿਆ ਕਿ ਤੂੰ ਸੁਖਚੈਨ ਨੂੰ ਕਿੱਥੇ ਛੱਡਿਆ ਆ, ਤਾਂ ਸੁਖਪ੍ਰੀਤ ਸਿੰਘ ਨੇ ਜਵਾਬ ਦਿੱਤਾ ਕਿ ਉਹਨੂੰ ਮੈਂ ਕੁੜੀਆਂ ਕੋਲ ਛੱਡਿਆ ਆ ਵਾਂ ਅਤੇ ਉਹ ਆਪੇ ਆ ਜੂਗਾ ਵਾਪਸ। ਮਾਮਾ ਜੀ ਨੇ ਦੇਖਭਾਲ ਕੀਤੀ ਅਤੇ ਉਹਨੂੰ ਜਦੋਂ ਨਹੀਂ ਲੱਭਿਆ ਇਹਨੇ ਫਿਰ ਪੁੱਛਿਆ, ਕਹਿੰਦਾ ਤੂੰ ਚੁੱਪ ਕਰਕੇ ਪੈ ਜਾਓ, 6:30 ਵਜੇ ਦਿਨ ਉਹ ਆਪੇ ਘਰ ਵਾਪਸ ਆ ਜੂਗਾ ਸੁਖਚੈਨ ਸਿੰਘ। ਜਦੋਂ ਸੁਬਾਹ 6:30 ਵਜੇ ਹੋਈ ਤਾਂ ਸਾਨੂੰ ਕਾਲ ਆਈ ਕਿ ਸੁਖਚੈਨ ਰਾਤ ਦਾ ਲੱਭ ਨਹੀਂ ਰਿਹਾ ਗਾ, ਵੀ ਸ਼ਾਇਦ ਉਹ ਐਂ ਕਰਕੇ ਕੁੜੀਆਂ ਕੋਲ ਗਿਆ ਸੀਗਾ ਅਤੇ ਉਹ ਹਜੇ ਤੱਕ ਵਾਪਸ ਨਹੀਂ ਆਇਆ। ਅਸੀਂ ਤੁਰੰਤ ਕਾਰਵਾਈ ਕੀਤੀ, ਅਸੀਂ ਉਦੋਂ ਟਿਕਟ ਕਰਵਾਈ ਆਪਦੀ, ਜਦੋਂ ਵਾਪ ਉੱਥੇ ਗਏ ਅਸੀਂ ਮਨੀਲੇ ਸੁਖਚੈਨ ਸਿੰਘ ਸੁਖਪ੍ਰੀਤ ਹੋਣਾਂ ਕੋਲ, ਤਾਂ ਸੁਖਪ੍ਰੀਤ ਹੁਣ ਘਰ ਨਹੀਂ ਹੈਗੇ ਸੀਗੇ। ਉਹਨਾਂ ਨੂੰ ਪੁਲਿਸ ਨੇ ਮਤਲਬ ਸਾਡੇ ਆਉਣ ਤੋਂ ਪਹਿਲਾਂ ਹੀ ਚੱਕ ਲਿਆ ਸੀਗਾ, ਉਹਨਾਂ ਖਿਲਾਫ਼ ਕੁਛ ਸਬੂਤ ਸੀਗੇ ਜਿਹੜੇ ਉਹਨਾਂ ਦੇ ਪੁਲਿਸ ਨੇ ਚੱਕੇ ਸੀਗੇ, ਅਤੇ ਵੀ ਇਸ ਕਰਕੇ ਮੇਰੇ ਭਰਾ ਦੀ ਉਹਨਾਂ ਨੇ ਜਿਹੜਾ ਮਾਰਨ ਵਾਲਾ ਉਹ ਆਪਣੇ ਰਿਸ਼ਤੇਦਾਰੀ 'ਚੋਂ ਲੱਗਦਾ। ਹਾਂਜੀ, ਰਿਸ਼ਤੇਦਾਰੀ 'ਚੋਂ ਲੱਗਦਾ। ਅੱਛਾ, ਕੀ ਰਿਸ਼ਤਾ ਕੀ ਹੈ ਜੀ? ਕੀ ਕਾਰਨ ਕੀ ਹੈ ਜੀ ਇਹਨੂੰ ਮਾਰਨ ਦਾ ਤੁਹਾਡੇ ਭਾਈ? ਕਿੰਨਾ ਚਿਰ ਹੋ ਗਿਆ ਸੀਗਾ ਇਹਨੂੰ ਉੱਥੇ? 1.5 ਸਾਲ ਹੋ ਗਿਆ ਸੀ। ਕੋਈ ਪੁਲਿਸ ਨੇ ਕਾਰਵਾਈ ਉੱਧਰੋਂ ਕੀਤੀ ਹੈ? ਕੀ ਚਾਹੁੰਦੇ ਕੀ ਹੁਣ ਤੁਸੀਂ ਅੱਗੇ? ਇਹ ਜਿਹੜਾ ਪੈਸਿਆਂ ਦੇ ਲੈਣ ਦੇਣ ਕਰਕੇ ਹੀ ਹੋਇਆ ਉੱਥੇ? ਉੱਥੇ ਪਿੰਡ ਮੰਗੇ ਦੇ ਸਰਪੰਚ ਨੇ ਦੱਸਿਆ ਕਿ ਸੁਖਚੈਨ ਆਪਣੀ ਭੈਣ ਅਤੇ ਜੀਜੇ ਕੋਲ 1.5 ਸਾਲ ਪਹਿਲਾਂ ਕੰਮ ਵਾਸਤੇ ਮਨੀਲਾ ਗਿਆ ਸੀ ਅਤੇ ਉਹ ਆਪਣੇ ਮਾਮੇ ਅਤੇ ਆਪਣੇ ਜੀਜੇ ਦੇ ਚਾਚੇ ਦੇ ਮੁੰਡੇ ਸੁਖਪ੍ਰੀਤ, ਜਿਹੜਾ ਕਿ ਚੂੜ ਚੱਕ ਪਿੰਡ ਦਾ ਰਹਿਣ ਵਾਲਾ, ਉਹਨਾਂ ਦੇ ਨਾਲ ਰਹਿੰਦਾ ਸੀ। ਪੈਸਿਆਂ ਨੂੰ ਲੈ ਕੇ ਪਿਛਲੇ ਦਿਨੀ ਸੁਖਪ੍ਰੀਤ ਨੇ ਸੁਖਚੈਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪੁਲਿਸ ਵੱਲੋਂ ਉੱਥੇ ਕਾਰਵਾਈ ਕੀਤੀ ਜਾ ਰਹੀ ਹੈ। ਬਾਈ ਜੀ, ਪਿੰਡ ਮੱਲੇ ਵਾਲੇ ਦਾ ਸਰਪੰਚ ਆ ਮੌਜੂਦਾ, ਅਤੇ ਇਹ ਜਿਹੜਾ ਮੁੰਡੇ ਦੀ ਡੈਥ ਹੋਈ ਹੈ, ਮੇਰੇ ਡੈਡੀ ਦੀ ਭੂਆ ਦਾ ਪੋਤਰਾ ਸੀ, ਮੰਡੀਲਾ 'ਚ ਗਿਆ ਸੀ, 15-16 ਮਹੀਨੇ ਹੋ ਗਏ ਨੂੰ ਉੱਥੇ ਗਏ ਨੂੰ। ਇਹਦੀ ਭੈਣ ਅਤੇ ਜੀਜਾ ਉਹਨਾਂ ਨੂੰ ਕੋਈ ਸਿਸਟਰ ਨੂੰ ਗਈ ਨੂੰ 3 ਸਾਲ ਹੋ ਗਏ ਉਹਨਾਂ ਕੋਲ ਸੀ। ਉਹ ਵੈਸੇ ਪਾਸੇ ਰਹਿੰਦੇ ਸੀਗੇ ਅਤੇ ਇਹ ਮੁੰਡਾ ਜਿੱਥੇ ਰਹਿੰਦਾ ਸੀ ਇਹਦਾ ਮਾਮਾ ਵੀ ਕੋਲ ਰਹਿੰਦਾ ਸੀ, ਅਤੇ ਇਹਦੇ ਜਿਹੜਾ ਭਣੋਜਾ ਉਹਦੇ ਇੱਕ ਤਾਏ ਦਾ ਕਿ ਚਾਚੇ ਦਾ ਬੇਟਾ ਕੋਲ ਰਹਿੰਦਾ ਸੀ, ਇਕੱਠੇ ਕੰਮ ਕਰਦੇ ਸੀ ਇਹ। ਇਹ ਜਿਸ ਦਿਨ ਵਾਕਿਆ ਹੋਇਆ ਉਸ ਦਿਨ ਇਹ ਉਹਨੂੰ ਜਿਹੜਾ ਇਹਦਾ ਮੁੰਡੇ ਦੇ ਭਣੋਜੇ ਦੇ ਚਾਚੇ ਤਾਏ ਦਾ ਪੁੱਤ ਸੀ ਨਾ, ਉਹ ਇਹਨੂੰ ਕਹਿੰਦਾ ਵੀ ਆ ਚੱਲ ਗਿਆ ਆਪਾਂ, ਸੁਖਪ੍ਰੀਤ ਉਹਦਾ ਨਾਂ ਹੈ, ਚੂੜ ਚੱਕ ਪਿੰਡ ਆ, ਉਹ ਇਹਨੂੰ ਕਹਿੰਦਾ ਆ ਚੱਲ ਗਿਆ ਆਪਾਂ, ਰੋਟੀ ਰੋਟੀ ਖਾਧੀ ਤੋਂ ਬਾਅਦ ਵੀ ਆਪਾਂ ਬਾਹਰ ਚੱਲਦੇ ਠੰਡਾ ਪੀ ਕੇ ਆਉਂਦੇ ਹਾਂ। ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਮੋਟਰਸਾਈਕਲ, ਉਹ ਇਹ ਮੁੰਡਾ ਆਪਣਾ ਮੋਟਰਸਾਈਕਲ ਚਲਾਉਂਦਾ ਸੀ, ਉਹ ਪਿੱਛੇ ਬੈਠਾ ਸੀ, ਪਿੱਛੋਂ ਉਹਨੇ ਇਹਦੇ ਗੋਲੀ ਮਾਰੀ। ਗੋਲੀ ਮਾਰਨ ਤੋਂ ਬਾਅਦ ਜਦੋਂ ਮਤਲਬ ਉਹ ਐਂ ਰੁਕਦਾ, ਬਾਅਦ 'ਚ ਉਹਦੇ ਸਿਰ 'ਚ ਗੋਲੀਆਂ ਮਾਰ ਕੇ ਉਹਦਾ ਕਤਲ ਕਰਤਾ ਜੀ। ਜਦੋਂ ਇਹ ਵਾਪਸ ਆਇਆ ਅਤੇ ਆਏ ਨੂੰ ਇਹਦੇ ਮਾਮੇ ਨੇ ਪੁੱਛਿਆ ਮੁੰਡੇ ਦੇ ਨੇ ਵੀ ਯਾਰ ਆਪਣਾ ਕਿੱਧਰ ਗਿਆ ਸੁਖਚੈਨ, ਕਿੱਧਰ ਗਿਆ? ਉਹ ਨਹੀਂ ਆਇਆ। ਕਹਿੰਦਾ ਜੀ ਉਹ ਖੇ ਕਿਸੇ ਕੁੜੀ ਕੋਲ ਜਾ ਵੜਿਆ ਅਤੇ ਸੁਭਾਅ ਆਜੂਗਾ। ਮਾਮਾ ਕਹਿੰਦਾ ਯਾਰ ਆਪਾਂ ਲੱਭ ਗਏ, ਚੱਲ ਗਏ, ਵੇਖੀਏ ਤਾਂ ਸਹੀ। ਕਹਿੰਦਾ ਐਂ ਦਿਲ 'ਤੇ ਹੱਥ ਰੱਖ, ਕਹਿੰਦਾ ਮੇਰਾ ਤਾਂ ਯਾਰ ਦਿਲ ਬਹੁਤ ਧੜਕੀ ਜਾਂਦਾ ਵੀ ਮੈਂ ਨਹੀਂ ਜਾ ਸਕਦਾ। ਚਲੋ ਮਾਮੇ ਨੇ ਮਾੜਾ ਮੋਟਾ ਵੇਖਿਆ ਅਤੇ ਉਹਨੂੰ ਜਦੋਂ ਪਤਾ ਲੱਗਿਆ ਨਾ ਪਤਾ ਲੱਗਿਆ ਕੋਈ, ਉਸ ਤੋਂ ਬਾਅਦ ਕੁਛ ਟਾਈਮ ਬਾਅਦ ਜਦੋਂ ਇਸ ਪਿੰਡ ਦੇ ਹੋਰ ਮੁੰਡਿਆਂ ਨੇ ਵੇਖੀ ਡੈੱਡ ਬੋਡੀ ਸੜਕ 'ਤੇ ਪਈ,
ਤਾਂ ਉਹਨਾਂ ਨੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਅਤੇ ਪੁਲਿਸ ਨੇ ਨਾ ਕਿ ਲੈਂਦੇ ਫਿਰ ਜਦੋਂ ਆਈ ਘਰ ਤਾਂ ਉਹ ਘਰ ਹੀ ਪਿਆ ਸੀਗਾ, ਕੋਲ ਉਹਦੇ ਜਿਹੜੇ ਪੈਸੇ ਪਏ ਸੀ, ਜਿਹੜੇ ਮੁੰਡੇ ਦੀ ਗਰਾਹੀ ਵੀ ਹੋਊਗੀ ਅਤੇ ਉਹਦੀ ਆਪਦੀ ਵੀ ਹੋਊਗੀ। ਮੇਨ ਕਾਰਨ ਕੀ ਹੈ ਤੁਹਾਨੂੰ? ਕਾਰਨ ਪੈਸਿਆਂ ਦਾ ਹੀ ਹੈ ਜੀ, ਪੈਸੇ ਇੱਥੋਂ ਵੀ ਘੱਲੇ ਸੀ, ਕੁਛ ਪਹਿਲਾਂ ਵੀ ਸੀਗੇ ਮੁੰਡੇ ਕੋਲ। ਅਤੇ ਇਹ ਰਿਸ਼ਤੇਦਾਰ ਹੀ ਸੀਗੇ ਜਿੰਨੇ? ਹਾਂਜੀ, ਰਿਸ਼ਤੇਦਾਰ ਹੈ ਮੁੰਡੇ ਦੇ। ਇਹ ਜਿਹੜਾ ਆਪਣਾ ਸੁਖਚੈਨ ਹੈ ਇਹਦੇ ਭੁਲੱਜੇ ਦੇ ਚਾਚੇ ਦਾ ਇਹਦਾ ਬੇਟਾ ਹੀ ਹੈ, ਸੱਕੇ ਦਾ। ਪੈਸਿਆਂ ਦੇ ਲੈਣ ਦੇਣ? ਹਾਂਜੀ, ਪੈਸਿਆਂ ਦਾ ਕਾਰਨ ਕੀ ਚਾਹੁੰਦੇ? ਹੁਣ ਤੁਸੀਂ ਕੀ ਚਾਹੁੰਦੇ? ਅਸੀਂ ਚਾਹੁੰਦੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ, ਕਿਉਂਕਿ ਇੱਦੋਂ ਮਤਲਬ ਘਿਨਾਉਣਾ ਪਾਪ ਨਹੀਂ ਹੋ ਸਕਦਾ ਗਾ ਇੱਕ ਰਿਸ਼ਤੇ ਦੇ ਵਿੱਚੋਂ ਐਡਾ ਵੱਡਾ ਮਤਲਬ ਕਤਲ ਕਰ ਦੇਣਾ। ਕੀ ਨਾਮ ਕੀ ਸੀਗਾ ਮਰਨ ਵਾਲੇ ਦਾ? ਕਿੰਨੀ ਕੁ ਉਮਰ? ਕਿੰਨੀ? ਮੁੰਡੇ ਦਾ ਨਾਮ ਸੁਖਚੈਨ ਸਿੰਘ ਹੈ ਜੀ, ਉਮਰ ਕਿੰਨੀ? 27 ਸਾਲ ਹੈ ਜੀ। ਵਿਆਹ ਹੋਇਆ ਸੀਗਾ ਜੀ? ਨਹੀਂ, ਅਨਮੈਰਿਡ ਹੈ ਜੀ, ਇਕੱਲਾ ਮਾਪਿਆਂ ਦਾ ਪੁੱਤ ਹੈ ਜੀ। ਮੋਗਾ ਤੋਂ ਆਵਾਜ਼ ਕੰਮ ਟੀਵੀ ਲਈ ਚਮਕੌਰ ਸਿੰਘ ਲੋਪੋ ਦੀ ਰਿਪੋਰਟ।